ਜਿਨ੍ਹਾਂ 'ਤੇ ਮਿੱਟੇ ਵਿਸ਼ਵਾਸ ਕਰਕੇ ਮੈਨੂੰ ਪਾਰਟੀ ਦੇ ਵਿੱਚ ਜੁਆਇਨ ਵੀ ਕਰਾਇਆ ਅਤੇ ਮੈਨੂੰ ਚੱਬੇਵਾਲ ਤੋਂ ਬਾਈ ਇਲੈਕਸ਼ਨ ਦੀ ਟਿਕਟ ਦੇ ਕੇ ਵੀ ਨਿਵਾਜਿਆ ਸੋ ਅੱਜ ਉਹਦੀ ਨੋਮੀਨੇਸ਼ਨ ਕੀਤੀ ਆ ਤੁਸੀਂ ਦੇਖ ਰਹੇ ਹਾਂ ਕਿ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਮੇਰੇ ਨਾਲ ਆ ਇਸ ਤੋਂ ਪਹਿਲਾਂ ਦਫ਼ਤਰ ਦਾ ਉਦਘਾਟਨ ਕੀਤਾ ਉੱਥੇ ਵੀ ਜਿਹੜੇ ਹੋਰ ਲੀਡਰਸ਼ਿਪ ਨੇ ਸਾਰੇ ਉਹ ਪਹੁੰਚੇ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਪਾਰਟੀ ਨੇ ਮੇਰੇ 'ਤੇ ਭਰੋਸਾ ਕਰਕੇ ਟਿਕਟ ਦਿੱਤੀ ਆ ਉਹ ਪੇਪਰ ਦਾਖਲ ਕੀਤੇ ਆ ਬਾਕੀ ਹੁਣ ਮਿਹਨਤ ਕਰਾਂਗੇ ਤਾਂ ਕਿ ਇਸ ਹਲਕੇ ਦੇ ਵਿੱਚ ਜਿਹੜਾ ਪਿਛਲੇ ਸਮੇਂ ਤੋਂ ਕੁਛ ਇਹੋ ਜਿਹੇ ਹਾਲਾਤ ਵਾਤਾਵਰਨ ਪੈਦਾ ਹੋਏ ਆ ਕਿ ਵਨ ਮੈਨ ਸ਼ੋਅ ਬਣ ਕੇ ਰਹਿ ਗਿਆ ਔਰ ਲੋਕਾਂ ਦੇ ਨਾਲ ਧੱਕੇਸ਼ਾਹੀ ਚਾਹੇ ਉਹ ਪਰਚੇ ਦਾਖਲ ਕਰਨ ਦੀ ਗੱਲ ਹੋਵੇ ਚਾਹੇ ਪੰਚਾਇਤਾਂ ਦੇ ਇਲੈਕਸ਼ਨਾਂ ਹੋਣ ਜਾਂ ਹਲਕੇ ਦੇ ਵਿੱਚ ਜਿਵੇਂ ਨਸ਼ੇ ਦਾ ਜਿਹੜਾ ਕਾਰੋਬਾਰ ਬਹੁਤ ਵੱਡੇ ਲੈਵਲ 'ਤੇ ਵਧਿਆ ਉਹ ਸਾਰੀ ਨੂੰ ਠੱਲ ਪਾਉਣ ਵਾਸਤੇ ਆਪਾਂ ਲੋਕਾਂ ਵਿੱਚ ਜਾਵਾਂਗੇ ਯਤਨ ਪ੍ਰਾਪਤ ਕਰਾਂਗੇ ਤੋ ਇੰਨੀਆਂ ਕੁ ਤੁਹਾਡੇ ਸਾਰਿਆਂ ਨੂੰ ਵੀ ਆਸ ਕਰਦੇ ਹਾਂ ਕਿ ਮੀਡੀਆ ਵੀ ਜੋ ਸਹੀ ਰਿਪੋਰਟ ਆ ਉਹ ਕਰਕੇ ਮੈਨੂੰ ਇਸ ਕਾਬਲ ਬਣਾਊਗਾ ਕਿ ਮੈਂ ਤੁਹਾਡੀ ਆਵਾਜ਼ ਜਿਹੜੀ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦੇਖੋ ਇਸ ਤਰ੍ਹਾਂ ਹੈ ਕਿ ਅੱਜ ਦੀ ਡੇਟ ਦੇ ਵਿੱਚ ਕਿਸੇ ਨੂੰ ਵੀ ਕੋਈ ਕੰਮ ਹੁੰਦਾ ਹੈ ਜਾਂ ਤਾਂ ਕਿ ਪੰਜਾਬ ਸਰਕਾਰ ਜਿਹੜੀ ਉਹ ਕੇਂਦਰ 'ਤੇ ਰਸੜ ਦਿੰਦੀ ਹੈ ਦੂਸਰੀਆਂ ਪਾਰਟੀਆਂ ਭਾਜਪਾ ਅਤੇ RSS 'ਤੇ ਸੜ ਦਿੰਦੀਆਂ ਇੱਕ ਉਹਨਾਂ ਕੋਲ ਬਹਾਨਾ ਹੈ ਕਰਨ ਨੂੰ ਉਹਨਾਂ ਦੇ ਜਿਹੜੇ ਦਾਇਤਵ ਆ ਉਹਨਾਂ ਨੇ ਕਿਸੇ ਨੇ ਵੀ ਆਪਣਾ ਦਾਇਤਵ ਨਹੀਂ ਨਿਭਾਇਆ ਕੇਂਦਰ ਸਰਕਾਰ ਦਾ ਫਰਜ਼ ਸੀ ਕਿ ਉਹ ਕਿਸਾਨਾਂ ਦੀ ਫਸਲ ਚੁੱਕੀ ਜਾਵੇ ਔਰ ਉਹਦੇ ਲਈ ਉਹਨਾਂ ਨੇ 43,000 ਕਰੋੜ ਰੁਪਏ ਦਾ ਜਿਹੜਾ ਫੰਡ ਹੈ ਉਹ ਜਾਰੀ ਕੀਤਾ ਹੈ ਉਸ ਤੋਂ ਬਾਅਦ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੁੰਦੀ ਹੈ ਸੂਬਾ ਸਰਕਾਰ ਦੀ ਹੁੰਦੀ ਹੈ ਕਿ ਉਹਨਾਂ ਨੇ ਬਾਰਦਾਨਾ ਖਰੀਦ ਦਾ ਇੰਤਜ਼ਾਮ ਕਰਨਾ ਉਹਨਾਂ ਨੇ ਝੋਨੇ ਦੀ ਖਰੀਦ ਕਰਨੀ ਔਰ ਉਹਦੀ ਸਾਂਭ ਸੰਭਾਲ ਕਰਨੀ ਇਹ ਸਾਰੇ ਦਾਇਤਵ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਪਰ ਪੰਜਾਬ ਸਰਕਾਰ ਆਪਣਾ ਦਾਇਤਵ ਨਾ ਨਿਭਾ ਕੇ ਆਪਣੇ ਸਾਰੇ ਕੰਮ ਜਿਹੜੇ ਉਹ ਕੇਂਦਰ ਸਰਕਾਰ ਦੇ ਜਾਂ ਸਾਰਾ ਕੁਛ ਹੀ ਕੇਂਦਰ ਸਰਕਾਰ ਨੇ ਕਰਨਾ ਫਿਰ ਤੁਸੀਂ ਕਿਉਂ ਬੈਠੇ ਹੋ ਤੁਸੀਂ ਰਿਜ਼ਾਈਨ ਦੇ ਕੇ ਜਾਓ ਪਰ ਅਸੀਂ ਆਪੇ ਹੀ ਉਹ ਕੇਂਦਰ ਸਰਕਾਰ ਕਰ ਲਏਗੀ ਜਦ ਕੰਮ ਹੀ ਤੁਸੀਂ ਕੁਛ ਨਹੀਂ ਕਰਨਾ ਅੱਜ ਪੰਜਾਬ ਦੀ ਹਾਲਤ ਇੱਡੀ ਮਾੜੀ ਹੋ ਚੁੱਕੀ ਹੈ ਅੱਜ ਸੜਕਾਂ ਦੇ ਵਿੱਚ ਸਭ ਤੋਂ ਪਿਛੜਿਆ ਸੜਕਾਂ ਬਣਾਉਣ 'ਚ ਸਭ ਤੋਂ ਪਿਛੜਿਆ ਸੂਬਾ ਪੰਜਾਬ ਅੱਜ ਕਿਸਾਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨੀ ਦੀ ਫਸਲ ਰੁਲ ਰਹੀ ਹੈ ਪੰਜਾਬ 'ਚ ਤੁਸੀਂ ਹਿੰਦੁਸਤਾਨ ਦੇ ਵਿੱਚ ਕਿਤੇ ਦੂਸਰੇ ਸੂਬੇ ਦੇ ਵਿੱਚ ਕੋਈ ਫਸਲ ਦੀ ਇੱਦਾਂ ਮੰਡੀਆਂ ਦੀਆਂ ਵਿੱਚ ਦੁਰਦਸ਼ਾ ਨਹੀਂ ਹੋਈ ਜੇ ਬਾਕੀ ਜਗ੍ਹਾ ਨਹੀਂ ਹੋਈ ਤਾਂ ਜੋ ਸਿਸਟਮ ਬਾਹਰ ਅਡਾਪਟ ਕੀਤਾ ਉਹੀ ਪੰਜਾਬ ਦੇ ਲਈ ਕੀਤਾ ਅਤੇ ਪੰਜਾਬ 'ਚ ਕਿਉਂ ਸਮੱਸਿਆ ਹੈ ਅੱਜ ਸੜਕਾਂ ਦੀ ਗੱਲ ਕਰੀਏ ਉਹ ਨਹੀਂ ਹੈ ਅੱਜ ਸਕੋਲਰਸ਼ਿਪ ਦੀ ਗੱਲ ਕਰੀਏ ਸਿਰਫ ਪੰਜਾਬ 'ਚ ਸਮੱਸਿਆ ਆ ਹੋਰ ਕਿਸੇ ਨੌਕਰੀ ਪੇਸ਼ੇ ਤਨਖਾਹਾਂ ਦੀ ਗੱਲ ਕਰੀਏ ਸਮੱਸਿਆ ਪੰਜਾਬ 'ਚ ਜਿੰਨੀਆਂ ਵੀ ਸਮੱਸਿਆਵਾਂ ਆ ਉਹ ਸਾਰੀਆਂ ਪੰਜਾਬ 'ਚ ਹੀ ਕਿਉਂ ਆ ਉਹਦਾ ਕਾਰਨ ਹੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਉਹ ਵੀ ਨਕੰਮੀ ਅਤੇ ਨਠੱਲੀ ਰਹੀ ਉਹਨੇ ਵੀ ਕੁਛ ਨਹੀਂ ਕੀਤਾ ਔਰ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਵਾਏ ਪੋਸਟਰ ਲਗਾਉਣ ਤੋਂ ਕੁਛ ਨਹੀਂ ਕਰ ਰਹੀ ਔਰ ਉਹ ਵੀ ਤਾਂ ਨਕੰਮੀ ਅਤੇ ਨਠੱਲੀ ਆ ਉਦੋਂ ਤੁਸੀਂ ਦੇਖ ਰਹੇ ਹੋ ਕਿ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਪਿਛਲੇ ਹਾਲੇ ਇੱਕ ਸਾਲ ਵੀ ਨਹੀਂ ਹੋਇਆ ਜਦੋਂ ਕਹਿੰਦੇ ਸੀ ਕਿ 15 ਅਗਸਤ ਤੱਕ ਅਸੀਂ ਮਰੀਆਂ ਕੁਕੜੀਆਂ ਦਾ ਬੱਕਰੀਆਂ ਦਾ ਵੀ ਮੁਆਵਜ਼ਾ ਦੇ ਦੇਵਾਂਗੇ ਉਹ 15 ਅਗਸਤ ਤੱਕ ਦੇਣਾ ਸੀ ਹੁਣ ਤਾਂ ਅਗਲੀ 15 ਅਗਸਤ ਆਉਣ ਵਾਲੀ ਹੋ ਗਈ ਭਾਵ ਉਦੋਂ ਤੱਕ ਜਿਹੜਾ ਕਰਨ ਜਿਹੜਾ ਕੰਮ ਕਰਨਾ ਆ ਉਹ ਕਰਨਾ ਕੁਛ ਨਹੀਂ ਔਰ ਸਿਰਫ ਉਹਨਾਂ ਦਾ ਅਲਾਮਾ ਆਪਣੀ ਗੱਲ ਥੋਪ ਕੇ ਕੇਂਦਰ 'ਤੇ ਸਿੱਟਣੀ ਹੈ ਅਤੇ ਫਿਰ ਤੁਸੀਂ ਇੱਥੇ ਕੀ ਕਰਨਾ ਤੁਹਾਡਾ ਦਾਇਤਵ ਕੀ ਹੈ ਕੇਂਦਰ ਦਾ ਦਾਇਤਵ ਸੀ ਪੈਸੇ ਦੇਣਾ ਫਸਲ ਖਰੀਦਣ ਲਈ ਉਹ ਦੇ ਦਿੱਤਾ ਔਰ ਇੱਥੇ ਜਿਹੜਾ ਸੂਬਾ ਸਰਕਾਰ ਨਾ ਤਾਂ ਉਹ ਆਪਣਾ ਦਾਇਤਵ ਨਿਭਾ ਰਹੀ ਹੈ ਔਰ ਦੂਸਰੀਆਂ ਜਿਹੜੀਆਂ ਕਾਂਗਰਸ ਪਾਰਟੀਆਂ ਵਰਗੀਆਂ ਪਾਰਟੀਆਂ ਆ ਇਹ ਵੀ ਇਹਨਾਂ ਨੇ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਯੋਗਦਾਨ ਪਾਇਆ ਕਿਉਂਕਿ ਪਹਿਲਾਂ ਵੀ ਜਿਹੜਾ ਕਿਸਾਨਾਂ ਦਾ ਜਿਹੜਾ ਇਹ ਮਾਹੌਲ ਖਰਾਬ ਕੀਤਾ ਸੀ ਉਹ ਵੀ ਕਾਂਗਰਸ ਨੇ ਕੀਤਾ ਸੀ ਔਰ ਅੱਜ ਆਮ ਆਦਮੀ ਪਾਰਟੀ ਸਪੌਂਸਰ ਕਰ ਰਹੀ ਹੈ।